ਧਿਆਨ ਕਰਿਆ ਕਰੇ। ਕਹਿੰਦੇ ਤੋਤੇ ਨੂੰ ਰਾਮ ਨਾਮ ਜਪਾਇਆ ਕਰੇ, ਰਾਮ 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 ਕਿਹਾ ਕਰੇ, ਤੋਤਾ ਵੀ ਜਪਿਆ ਕਰੇ, ਗਨਕਾ ਵੀ ਜਪਿਆ ਕਰੇ। ਅੱਜ ਉਹ ਵੀ ਵੇਲਾ ਆ ਗਿਆ ਜਦੋਂ ਅੰਤ ਦਾ ਵੇਲਾ ਆਇਆ। ਕਹਿੰਦੇ ਪਿੰਜਰੇ ਵਿੱਚ ਸੱਪ ਵੜ ਕੇ ਬਹਿ ਗਿਆ, ਤੋਤਾ ਮਾਰ ਮੁਕਾਇਆ, ਸੱਪ ਪਿੰਜਰੇ ਵਿੱਚ ਵੜ ਕੇ ਬਹਿ ਗਿਆ। ਅੱਜ ਗਨਕਾ ਪਾਪਣ ਜਦੋਂ ਇਸ਼ਨਾਨ ਕਰਕੇ ਆਈ, ਕਹਿੰਦੀ ਰਾਮ ਮਿੱਠੂ ਰਾਮਾ ਕਹਿ ਰਾਮ। ਹਨੇਰਾ ਸੀ, ਕੋਈ ਆਵਾਜ਼ ਨਾ ਆਈ। ਫੇਰ ਗਿਆ, ਮਿੱਠੂ ਰਾਮਾ ਕਹਿ ਰਾਮ, ਆਵਾਜ਼ ਨਹੀਂ ਆਈ। ਕਹਿੰਦੇ ਆਏ ਪਿੰਜਰਾ ਹਿਲਾਇਆ, ਹੱਥ ਮਾਰਿਆ। ਬਸ ਜਦੋਂ ਪਿੰਜਰੇ ਵਿੱਚ ਹੱਥ ਮਾਰਿਆ ਵੀ ਤੋਤਾ ਸੌਂ ਤੇ ਨਹੀਂ ਗਿਆ ਕਿਤੇ। ਕਹਿੰਦੇ ਸੱਪ ਨੇ ਡੰਗ ਮਾਰਿਆ ਤੇ ਜਾਨ ਨਿਕਲ ਗਈ ਅੱਖੋਂ ਸਦਨਾ। ਸ੍ਰੀ ਵਾਹ, ਜਿਹੜੀ ਗਨਕਾ ਪਾਪਣ ਕਰਕੇ ਲੋਕੀ ਜਾਣਦੇ ਸੀ, ਕਹਿੰਦੇ ਬਵਾਨਾ ਵਿੱਚ ਬਹਿ ਕੇ ਸੱਚਖੰਡ ਨੂੰ ਗਈ। ਸੱਚਖੰਡ ਜਿਹੜਾ ਬੰਦਗੀ ਕਰਨ ਲੱਗ ਪੈਂਦਾ, ਜਿਹੜਾ ਰਾਮ ਨਾਮ ਜਪਣ ਲੱਗ ਪੈਂਦਾ, ਜਿਹੜਾ ਵਾਹਿਗੁਰੂ 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 ਜਪਣ ਲੱਗ ਪੈਂਦਾ, ਉਹਦੇ ਲਈ ਦਰਵਾਜ਼ੇ ਖੁੱਲਦੇ ਨੇ। ਜਿਹੜਾ ਨਿਤਨੇਮ ਪੰਜ ਬਾਣੀਆਂ ਦਾ ਨਿਤਨੇਮ ਕਰੇ, ਫਿਰ ਬਹੁਤਾ ਕਹਿਣਾ ਨਹੀਂ ਪੈਂਦਾ। ਮਹਾਰਾਜ ਬੜਾ ਗੁਰਮੁਖ ਸੀ, ਚਰਨਾਂ 'ਚ ਵਾਸਾ ਦੇ ਦਿਓ। ਮਹਾਰਾਜ ਬਾਣੀ ਦੀਆਂ ਮੋਹਰਾਂ ਲਾਉਂਦੇ ਨੇ, ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਜਿਹੜਾ ਮਨ ਕਰਕੇ ਗੁਰਮੁਖ ਆ, ਜਿਹੜਾ ਮਨ ਕਰਕੇ ਫਕੀਰ ਆ, ਜਦੋਂ ਦੁਨੀਆ 'ਚੋਂ ਜਾਂਦਾ ਉਹਦੀਆਂ ਦਰਗਾਹ ਤੱਕ ਜੈ ਜੈਕਾਰਾਂ ਨੇ। ਤੇ ਦੂਜੇ ਪਾਸੇ ਮਹਾਰਾਜ ਕਹਿੰਦੇ ਜਿਤਨੇ ਨਰਕ ਸੇ ਮਨਮੁਖ ਭੋਗੇ। 18 ਤਰ੍ਹਾਂ ਦੇ ਨਰਕ ਦੱਸੇ ਨੇ ਵਿਦਵਾਨਾਂ ਨੇ। ਕਹਿੰਦੇ ਜਿੰਨੇ ਨਰਕ ਨੇ ਮਨਮੁਖ ਭੋਗਦਾ ਸਾਰੇ ਨਰਕ।